ਸ਼ਾਮ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਫੋਨ ਆ ਰਹੇ ਸੀਗੇ ਕਿ ਤੁਸੀਂ ਸਾਡੇ ਨਾਲ ਇਕੱਠੇ ਬੈਠਕ ਕਰੋ। ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਅੱਜ ਅਸੀਂ 11 ਵਜੇ ਅਨਾਜ ਭਵਨ ਪਹੁੰਚ ਗਏ। ਮਾਨਯੋਗ ਪ੍ਰਿੰਸੀਪਲ ਸੈਕਟਰੀ ਫੂਡ, ਮਾਨਯੋਗ ਡਾਇਰੈਕਟਰ ਸਾਹਿਬ, ਉਹਨਾਂ ਨਾਲ ਸਾਡੀ ਮੀਟਿੰਗ ਹੋਈ। ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰੋ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਸਾਨੂੰ ਮੁੱਖ ਮੰਤਰੀ ਸਾਹਿਬ ਦੇਣਾ ਚਾਹੁੰਦੇ ਆ ਕੋਈ ਇਹਦੇ ਵਿੱਚੋਂ, ਜੋ ਸਾਡੇ 10 ਮੰਗਾਂ ਨੂੰ ਇੱਕ ਦੀ ਮੰਨਣੀ ਚਾਹੁੰਦੇ ਆ, ਫਿਰ ਅਸੀਂ ਚੱਲਦੇ ਹਾਂ, ਅਤੇ ਜੇ ਨਹੀਂ ਤਾਂ ਫਿਰ ਅਸੀਂ ਨਹੀਂ ਜਾਣਾ। ਸਾਡੀ ਮੁੱਖ ਮੰਗ, ਸਾਡਾ ਅੱਜ ਇੱਕੋ ਮੁੱਦਾ ਸੀ ਵੀ ਸਾਡੀ ਆੜਤ 10% ਕੀਤੀ ਜਾਵੇ, ਕਿਉਂਕਿ 2019 ਤੋਂ 20 ਤੋਂ ਲੈ ਕੇ ਅੱਜ 5 ਸਾਲ ਤੋਂ ਅਸੀਂ ਉਸ ਸ਼ੈਲੀ 'ਤੇ ਲੈ ਰਹੇ ਹਾਂ, ਜਿਹੜੇ ਕਿ ਸਾਡੇ ਕੁਛ ਡਾਲਿਆਂ 'ਚ, ਕੁਛ ਕਿਰਾਇਆਂ 'ਚ, ਕੁਛ ਸਟੈਕਿੰਗ 'ਚ ਅਤੇ ਕੁਛ ਹੋਰਨਾਂ ਕੰਮਾਂ ਦੇ ਵਿੱਚ ਸਾਡੇ ਲੱਗ ਜਾਂਦੇ ਆ। ਸਾਡੇ ਬੱਚਿਆਂ ਦੀ ਬਹੁਤ ਮੁਸ਼ਕਲ ਹੈ ਪੜ੍ਹਾਈ ਪੜ੍ਹੂਈ ਕਰਾਉਣੀ ਅਤੇ ਉਹਨਾਂ ਨੂੰ ਪਾਲਣਾ, ਅਤੇ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਆ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੁਹਾਨੂੰ ਦੱਸਦੇ ਹਾਂ। ਬਾਅਦ ਸਾਨੂੰ ਸੱਦਾ ਆ ਗਿਆ CM ਉਸ ਜਾਣ ਦਾ, ਅਸੀਂ ਉੱਥੇ ਚਲੇ ਗਏ। ਉੱਥੇ ਅਫੀਸਰ ਸਾਹਿਬਾਨ ਅਤੇ ਨਾਲ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ, ਫੂਡ ਮਿਨਿਸਟਰ ਪੰਜਾਬ ਸੀ ਹਾਜ਼ਰ ਉੱਥੇ, ਨਾਲ ਸ਼੍ਰੀ VK ਸਿੰਘ ਜੀ, ਪ੍ਰਿੰਸੀਪਲ ਸੈਕਟਰੀ ਟੂ CM ਪੰਜਾਬ। ਕੁੱਲ ਮਿਲਾ ਕੇ 1.5 ਘੰਟੇ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਇਹੀ ਨਿਕਲਿਆ ਵੀ ਉਹ ਆਪਣੇ ਕੋਲੋਂ ਕੁਛ ਨਹੀਂ ਦੇਣਾ ਚਾਹੁੰਦੇ। ਸੋ ਸਾਥੀਓ, ਆਪਣੇ ਇਹ ਆਉਣ ਵਾਲੇ ਭਵਿੱਖ ਦੀ ਲੜਾਈ ਆ, ਆਪਣੀ ਹੋਂਦ ਦੀ ਲੜਾਈ ਆ। ਮਤਲਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਹੈ। ਪੰਜਾਬ ਮੁੱਖ ਮੰਤਰੀ ਸਾਹਿਬ ਵੀ ਉੱਥੇ ਕੋਠੀ 'ਚ ਹੁੰਦੇ ਆ, ਉਹ ਨਹੀਂ ਆਏ, ਪਹਿਲਾਂ ਕਹਿੰਦੇ ਵੀ ਉਹ ਆ ਰਹੇ ਨੇ, ਬਾਅਦ 'ਚ ਕਹਿੰਦੇ ਵੀ ਉਹ ਤਬੀਅਤ ਠੀਕ ਨਹੀਂ, ਅਤੇ ਉਸ ਕਰਕੇ ਸਾਨੂੰ ਜਿਹੜੀ ਹੈ ਉਹਦੇ 'ਚ ਕੋਈ ਸਫਲਤਾ ਨਹੀਂ ਮਿਲੀ। ਅਤੇ ਮੈਂ ਸਾਰੇ ਪੰਜਾਬ ਦੇ ਆੜ੍ਹਤੀ ਵੀਰਾਂ ਨੂੰ, ਜਿੰਨੇ ਸਾਡੇ ਮੰਡੀਆਂ ਦੇ ਪ੍ਰਧਾਨ ਆ, ਜ਼ਿਲ੍ਹਾ ਪ੍ਰਧਾਨ, ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਆਖਰੀ ਲੜਾਈ ਹੈ, ਇਸ ਤੋਂ ਬਾਅਦ ਦੁਬਾਰਾ ਨਾ ਕਦੇ ਸਟ੍ਰਾਈਕ ਹੋਣੀ ਹੈ ਅਤੇ ਨਾ ਕੁਛ ਆਪਾਂ ਨੂੰ ਮਿਲਣਾ। ਜੇ ਆਪਾਂ ਆਪਣੇ ਕਿੱਤੇ ਨੂੰ ਜਿੰਦਾ ਰੱਖਣਾ ਅਤੇ ਤਗੜੇ ਹੋ ਕੇ ਆਪਣੀ ਜਿਹੜੀ ਸਟ੍ਰਾਈਕ ਆ ਉਹਨੂੰ ਜਾਰੀ ਰੱਖੋ ਤਾਂ ਕਿ ਸਫਲਤਾ ਆਪਾਂ ਨੂੰ ਮਿਲ ਸਕੇ। ਧੰਨਵਾਦ। ਮੈਂ ਆਪਣੇ ਵੱਲੋਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿਹੜੀ ਮੰਗ ਲੈ ਕੇ ਚੱਲੇ ਸੀ ਕਿ 25% ਸਾਡੀ ਮਜ਼ਦੂਰੀ ਵਧਾਈ ਜਾਵੇ ਜਾਂ ਹਰਿਆਣੇ ਮੁਤਾਬਕ ਸਾਡੀ ਮਜ਼ਦੂਰੀ ਸੇਮ ਕੀਤੀ ਜਾਵੇ ਘੱਟੋ ਘੱਟ, ਲੇਕਿਨ ਸਰਕਾਰ ਉੱਥੇ ਨਾ ਮੁੱਖ ਮੰਤਰੀ ਸਾਹਿਬ ਮਿਲੇ ਅਤੇ ਅਫਸਰਾਂ ਨੇ ਸਿਰਫ ਗੱਲਾਂ ਕੀਤੀਆਂ, ਕੋਈ ਅਸਰ ਨਹੀਂ ਹੋਇਆ। ਮੈਂ ਇਸ ਮਾਧਿਅਮ ਰਾਹੀਂ, ਵੀਡੀਓ ਰਾਹੀਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਕਹਿੰਦਾ ਕਿ ਡੱਟ ਕੇ ਰਹਿਣਾ ਔਰ ਆੜ੍ਹਤੀ ਐਸੋਸੀਏਸ਼ਨ VA ਕਾਲਰਾ ਜੀ ਔਰ ਸਾਡਾ ਜਿਹੜਾ ਸਮਝੌਤਾ ਹੈ ਵੀ ਆਪਾਂ ਸਾਂਝੀ ਲੜਾਈ ਲੜਨੀ ਹੈ। ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨਾ, ਮੰਡੀਆਂ ਉਨਾਂ ਤੱਕ ਨਹੀਂ ਖੋਲ੍ਹਣੀਆਂ ਜਿੰਨਾ ਤੱਕ ਸਾਡੇ ਆੜ੍ਹਤੀ ਵੀਰਾਂ ਦਾ ਅਤੇ ਮਜ਼ਦੂਰ ਸਾਥੀਆਂ ਦਾ ਜਿਹੜੀ ਮਜ਼ਦੂਰੀਆਂ ਦੇ ਵਿੱਚ ਅਤੇ ਦਾਮੀ ਦੇ ਵਿੱਚ ਵਾਧਾ ਨਹੀਂ ਪੰਜਾਬ ਸਰਕਾਰ ਕਰਦੀ। ਮੰਡੀਆਂ ਬੰਦ ਰਹਿਣਗੀਆਂ, ਸਾਰੇ ਸਾਥੀਆਂ ਨੂੰ ਕਹਾਂਗੇ ਡੱਟ ਕੇ ਮੰਡੀਆਂ 'ਚ ਅਨਲੋਡਿੰਗ ਵੀ ਬੋਲਦੇ ਵੀ ਅਨਲੋਡਿੰਗ ਵੀ ਨਹੀਂ ਕਰਨੀ। ਕੋਈ ਵੀ ਕਿਸੇ ਕਿਸਮ ਦਾ ਕੰਮ ਮੰਡੀਆਂ 'ਚ ਚਾਹੇ ਉਹ ਬਾਸਮਤੀ ਹੈ ਚਾਹੇ ਤੋਰੀਆ ਸਰੋਂ ਨਰਮਾ ਕੋਈ ਔਰ ਅਨਲੋਡਿੰਗ ਵੀ ਸਾਰੇ ਕੰਮ ਸਮੇਤ ਬੰਦ ਹੈ। ਮੈਂ ਸਾਰੇ ਮਜ਼ਦੂਰ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੰਮ ਬਿਲਕੁਲ ਨਹੀਂ ਕਰਨਾ ਔਰ ਇਹ ਲੜਾਈ ਅਜੇ ਸਾਡੀ ਜਾਰੀ ਹੈ। ਮੰਡੀਆਂ ਬੰਦ ਰੱਖੋ ਜੀ। ਧੰਨਵਾਦ ਜੀ।